ਹਾਂਜੀ ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ 'ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਕਾਲੇਕੇ, ਜ਼ਿਲ੍ਹਾ ਮੋਗਾ, ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦੀ ਹੈ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145409968। ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹੈਮਰ ਟੀਵੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਦਿਓ, ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ। ਅੱਜ ਦੀ ਵੀਡੀਓ 'ਚ ਤੁਹਾਨੂੰ ਦੋ ਜਰਸੀਆਂ ਵਿਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ 'ਤੇ ਵੇਖ ਰਹੇ ਆ। ਮੁੱਲ ਜਾਇਜ਼ ਹੀ ਆ, ਛੋਟੇ ਭਾਅ ਇਨਫੋਰਮੇਸ਼ਨ ਲੈ ਦਿੰਦਾ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਨਾਮ ਤੇਰਾ? ਨਾਮ ਜਸਕਰਨ, ਪਿੰਡ ਕਾਲੇਕੇ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ? 98143-26-168। ਇੱਕ ਨੰਬਰ ਤੋਂ ਸ਼ੁਰੂ ਕਰ ਲਈਏ, ਜਿਹੜੇ ਪਾਸੋਂ ਮਰਜ਼ੀ। ਕਿੰਨ ਮਾਸੂ ਆ ਇਹ ਬਾਈ? ਆਪਾਂ ਨੂੰ ਰਸਮ ਮੁਤਾਬਕ ਪਹਿਲਾਂ ਨੂੰ ਹੁੰਦੀ ਆ। ਠੀਕ ਹੈ। ਅਤੇ ਹੈ ਤਕਰੀਬਨ ਤਿਆਰੀ ਆ, ਵੀ ਸ਼ਾਮ ਤੱਕ ਸੂਬੇ, ਰਾਤ ਨੂੰ ਸੂਬੇ। ਬੱਚਾ ਧਰਨ ਵਾਲੀ ਆ? ਹਾਂ, ਬਸ ਤਿਆਰੀ ਹੋ ਸਕਦਾ ਇੱਕ ਦਿਨ ਲੈ ਜੀ ਤਾਂ ਲੈ ਜੇ, ਪਰ ਵੈਸੇ ਤਿਆਰੀ ਜੀ ਆ। ਕਿੰਨਾ ਕੁ ਦੁੱਧ ਪਿਆ ਜੀ? ਦੁੱਧ ਬਾਈ ਉਹਨਾਂ ਥਾਂ ਲੇਵਾ ਉਸ ਹਿਸਾਬ ਨਾਲ ਚਾਹੀਦਾ, ਵੀ ਆਪਾਂ ਬਣਨੇ ਕਹਿੰਦੇ ਵੀ 13-14 ਕਿਲੋ ਦਾ ਨਹੀਂ ਪਿਆ ਹੀ ਆ। ਜਾਇਜ਼ ਆ ਮੁੱਲ ਲੈਣ ਦੇ ਨਾਲ ਜੀ? ਜਾਇਜ਼ ਬਾਈ, ਆਪਾਂ ਇਹਦਾ 47,000 ਚ ਮਾਨਤਨ ਕਰਦਾ। ਕੱਢੀਏ ਬਾਈ, ਪਰ ਆਇਆ ਵੀ ਠੰਡੀ ਚੀਜ਼ ਬਹੁਤ ਆ। ਆ ਦੋਸਤੋ, ਇੱਕ ਨੰਬਰ ਜਰਸੀ, ਪਹਿਲੇ ਸੂਏ ਬਾਈ ਕਹਿੰਦਾ ਸੂੰਦੀ ਆ, ਸੂਨ ਨੂੰ ਤਿਆਰ ਹੈ, ਹੋ ਸਕਦਾ ਘੰਟੇ ਨੂੰ ਸੂਪੇ, ਹੋ ਸਕਦਾ ਰਾਤ ਨੂੰ ਸੂਪੇ। ਸੀਲ ਸਾਊ ਪੂਰੀ ਆ, ਹਵਾਨਾ ਪਰਕਰਮ ਵਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ, ਆਪਦੇ ਵਿਅਤ ਨਾਲੋਂ ਵੱਡਾ ਹਵਾਨਾ ਤਿਆਰ ਕੀਤਾ। ਭਾਰੀ ਭੂਰੀ ਬਹੁਤ ਹੈ, ਵਜਨ ਫੁੱਲੀ ਆ, ਥਣ ਭਾਂਡੇ ਦੀ ਸਾਫ਼ ਸੁਥਰੀ ਆ, ਹੱਥੀ ਚਵਾਈ ਵਾਲੇ ਥਾਂ ਆ, ਗੈਪ 'ਚ ਲੱਗੇ ਹੋਏ ਆ, ਬਾਕੀ ਥਣ ਤੁਹਾਨੂੰ ਰੋਕ ਕੇ ਨੇੜ ਤੋਂ ਚੈੱਕ ਕਰਾ ਦਿੰਦਾ। ਆਹ ਵੇਖ ਲਓ, ਸੋਹਣੇ ਮੁੱਠੀ ਵਾਲੇ ਹੱਥੀ ਚਵਾਈ ਵਾਲੇ ਥਣ ਗੈਪ 'ਚ ਲੱਗੇ ਹੋਏ ਆ, ਸੀਲ ਸਾਊ ਪੂਰੀ ਆ, ਪਹਿਲਾ ਸੂਆ। 13-14 ਕਿਲੋ ਬਾਈ ਦੱਸ ਦਾ ਦੁੱਧ ਪਿਆ ਜੂ, 40-7 47,000 ਮੁੱਲ ਹੈ। 47,000 'ਚੋਂ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ। ਦੁੱਧ ਤਾਂ ਹੋ ਸਕਦਾ ਬਾਈ ਵੱਧ ਵੀ ਦੇ ਜੀ। ਠੀਕ ਹੈ, ਸਾਨੂੰ ਥਾਂ ਲੇਵਾ ਵਜਨ ਹੈਗਾ, ਵੈਰਟ ਗੋਲ ਹੈ ਹਨਾ। ਹੂੰ, ਪਰ ਆਪਾਂ ਇੰਨਾ ਕਹਿ ਕੇ ਦੇਣਾ ਹਨਾ, ਆਪਾਂ ਕਿਉਂ ਝੂਠ ਮਰੀਏ ਵੀ 17-18 ਦੀ ਜੂਗੀ। ਸਹੀ ਹੈ, ਸਾਡਾ 15 ਦੀ ਜੀ ਵੀ, ਪਰ ਆਪਾਂ 13-14 ਕਿਲੋ ਕਹਿ ਜੀ ਦੇ। ਦੋਸਤੋ, ਬਾਈ ਕਹਿੰਦਾ 13-14 ਕਿਲੋ ਕਹਿ ਕੇ ਦੇਣੀ ਹੈ, ਹੋ ਸਕਦਾ 15 ਪਿਆ ਜੇ, ਬਾਕੀ ਜੇ ਜੀ ਤੁਸੀਂ ਸੇਵਾ ਕਰੋਗੇ ਉਹ ਜਾਂ ਕਰਮ ਵਾਲੀ ਦੁੱਧ ਪਿਆ ਜੂ। ਦੋਸਤੋ, ਬਾਈ ਕਹਿੰਦਾ ਜਿੱਡੀ ਵਹਿੜ ਆ ਓਡਾ ਹੀ ਲੇਵਾ, ਥਣ ਭਾਂਡੇ ਦੀ ਸਾਫ਼ ਸੁਥਰੀ ਆ, 47,000 ਮੁੱਲ ਹੈ, ਪਹਿਲਾ ਸੂਆ, ਪਲੂਣ ਵੱਛੀ, ਸੂਨ ਨੂੰ ਬਿਲਕੁਲ ਤਿਆਰ, ਹੋ ਸਕਦਾ 2 ਘੰਟਿਆਂ ਨੂੰ ਸੂਪੇ, ਹੋ ਸਕਦਾ ਰਾਤ ਨੂੰ ਸੂਪੇ, ਹੋ ਸਕਦਾ ਜਦੋਂ ਵੀਡੀਓ ਅਪਲੋਡ ਹੋਣੀ ਆ ਉਦੋਂ ਬੱਚਾ ਮੂਹਰੇ ਪਿਆ ਹੋਵੇ। 2 ਨੰਬਰ ਬਾਰੇ ਦੱਸੀਏ ਇਸ ਕਾਰਨ। ਦੂਜਾ ਸੂਆ ਸੁਣਦੀ ਹੈ ਜੀ। ਹਾਂ, ਇਹ ਤਕਰੀਬਨ ਲੈ ਜੂਗੀ ਵੀ ਹਫ਼ਤਾ ਕੁ ਲੈ ਆ ਸਕਦੀ ਆ। ਇੱਕ ਹਫ਼ਤਾ? ਹਾਂ ਬਾਈ। ਕਿੰਨਾ ਕੁ ਦੁੱਧ ਪਿਆ ਜੂ ਇਹ ਬਾਈ? ਜਿੱਥੋਂ ਆਪਾਂ ਲਈਏ ਆਪਾਂ ਦੱਸੇ ਤਾਂ 14 ਕਿਲੋ ਦੁੱਧ ਦਿੱਤਾ ਵਾ। ਠੀਕ ਹੈ, ਹੋ ਸਕਦਾ 15 ਦੇ ਜੀ, ਹੋ ਸਕਦਾ 14 ਦੇ ਜੀ, ਕੋਈ ਵੀ ਬੰਦਾ ਆਪਦੀ ਤਾਕੜਾਂ ਜਿੰਨਾ ਕੁ ਹੋ ਸਕਦਾ ਉਹਨਾਂ ਕੁ ਤੱਕ ਕੇ ਲੈ ਲੈ। ਜੈ ਜੈ ਮੁੱਲ ਜੈ ਜੈ 45,000 ਚ ਮਾਨਦਨ ਕਰ ਦਾਂਗੇ। ਇੱਕ ਨਾ ਥੋੜ੍ਹੀ ਜਿਹੀ ਇੱਕ ਸਾਈਡ 'ਤੇ ਭਾਲ ਹੋਈ ਵੀ ਆ। ਦੋਸਤੋ, ਇੱਕ ਸਾਈਡ ਥੋੜ੍ਹੀ ਜਿਹੀ ਭਾਲ ਹੋਈ ਵੀ ਆ, ਬਾਈ ਕਹਿੰਦਾ ਕੋਈ ਭੈਣ ਭਰਾ ਨਾ ਮੰਨੇ ਕਿ ਸਾਈਡ ਆ ਜਾਂ ਪਾਸਾ ਭਾਲ ਆ, ਬਾਕੀ ਤੁਸੀਂ ਆ ਕੇ ਵੇਖ ਹੀ ਲੈਣੀ ਆ। ਹਵਾਨਾ ਸੋਹਣਾ, ਸਾਈਡਾਂ 'ਚ ਵਾਲ ਢਲ ਹਜੇ ਕਾਫੀ ਬਾਕੀ ਆ। ਇੱਕ ਹਫ਼ਤਾ ਬਾਈ ਦੱਸਦਾ ਲੈ ਜੂ, 14 ਕਿਲੋ ਦੁੱਧ ਬਾਈ ਦੱਸਦਾ। ਪਿਛਲਾ ਪਰਿਵਾਰ ਕਹਿੰਦਾ ਅਸੀਂ ਚੋਇਆ, ਪਹਿਲੇ ਸੂਏ, ਦੂਜੇ ਸੂਏ ਸੂਨ ਨੂੰ ਤਿਆਰ ਆ, ਹੋ ਸਕਦਾ ਬਾਈ ਕਹਿੰਦਾ 15 ਪਿਆ ਜੇ, 14 ਪਿਆ ਜੇ, ਬਾਕੀ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾਲ ਲੈ ਲੇ।
ਆਪਣਾ ਕੰਮ ਹੈ ਵੀਡੀਓ ਬਣਾਉਣਾ, ਪਸ਼ੂ ਤੁਹਾਨੂੰ ਵਿਖਾ ਦੇਈਦੀ ਆ ਵੱਖ ਵੱਖ ਏਰੀਏ ਚੋਂ, ਆਪਾਂ ਨੂੰ ਦੁੱਧ ਜਿੰਨਾ ਕੁ ਅਗਲਾ ਦੱਸਦਾ ਆਪਾਂ ਓਨਾ ਕੁ ਦੱਸ ਦੇਈਦਾ ਜਾਂ ਬਾਕੀ ਅੰਦਾਜ਼ਾ ਹੁੰਦਾ ਬਹੁਤ ਦਾ ਦੇਖ ਕੇ ਨਾ, ਉਹ ਬਾਕੀ ਅਗਲਾ ਜਿਹੜੀ ਲੈਣੀ ਉਹ ਆਪਦੀ ਤੱਕ ਨਾ ਲੈ ਲਵੇ, ਇਹਨਾਂ ਕੁ ਚੋੜਾਂਗੇ। ਸਹੀ ਆ, ਉਹ ਜਨਾ ਆਪਾਂ ਨੂੰ ਲਾਂਬਰ ਇਹਨਾਂ ਕੋਈ ਨਾ ਅਗਲੇ ਲੈਂਦਾ। ਜੋੜਾ ਕਿੰਨੇ ਦਾ ਦੇ ਦੇਂਗੇ ਜੇ ਕੋਈ ਜੋੜੀ ਲੈ ਲੈਂਦਾ ਜਮਾਂ ਜਾਇਜ਼ ਖਿੱਚ ਕੇ? ਬਿਆਸੀ ਹਜ਼ਾਰ ਦੀ। ਹਾਂ ਦੋਸਤੋ, ਬਣ ਜਾਣੇ ਬਾਹਲੇ, ਬਣ ਜਾਣੇ ਉੱਦਾਂ ਨਾ, ਹਾਂ 45-92 ਹਜ਼ਾਰ ਦੀ, ਠੀਕ ਹੈ ਦੋਸਤੋ 1 ਨੰਬਰ 47 ਹਜ਼ਾਰ ਦੀ 2 ਨੰਬਰ 45 ਹਜ਼ਾਰ ਦਾ ਵੀਰ ਕਹਿੰਦਾ ਜੋੜਾ ਦੇ ਦਿਆਂਗੇ ਜੇ ਕੋਈ ਭੈਣ ਭਰਾ ਜੋੜੀ ਲੈ ਲੈਂਦਾ, 82 ਹਜ਼ਾਰ ਦੀ ਦੇ ਦੂੰਗਾ। ਜਾਣੀ ਕਿ ਦੋਵੇਂ ਵਹਿੜਾਂ ਤੁਹਾਨੂੰ 41-41 ਹਜ਼ਾਰ 'ਚ ਪੈ ਜਾਣਗੀਆਂ ਜੇ ਕੋਈ ਜੋੜੀ ਲੈ ਲੈਂਦਾ। ਅਤੇ ਜੇ ਕੋਈ ਭੈਣ ਭਰਾ ਇਕੱਲਾ ਨਾਗ ਲੈਣ ਦਾ ਚਾਹਵਾਨ ਆ, ਕੋਈ ਆਪਦੇ ਆਂਢ ਗਵਾਂਢ 'ਚੋਂ ਭੈਣ ਭਰਾ ਕੋਈ ਤਿਆਰ ਕਰ ਲਓ, ਨਾਲ ਦੋ ਨਾਗ ਇਕੱਠੇ ਲੈ ਲਓਗੇ ਤੁਹਾਡਾ ਉਹੀ ਫਾਇਦਾ ਹੋ ਜਾਊਗਾ। ਆਪਾਂ ਨਾ ਇੱਕ ਵੀਡੀਓ 'ਚ ਪਹਿਲਾਂ ਵੀ ਕਿਹਾ ਸੀਗਾ, ਚੋਣਾਂ ਵਿੱਚ ਬਾਹਲੇ ਬੰਦੇ ਨੇ ਫੋਨ ਲਾਇਆ ਬਾਈ ਤੁਸੀਂ 41-41 ਹਜ਼ਾਰ ਦੀ ਕਹੀ ਜਾਂਦੇ ਆ, ਵੀ ਅਗਲਾ ਉਹ ਚੀਜ਼ ਨਾ ਸਮਝ ਲਵੇ ਉਹ ਮੁੱਲ ਇਕੱਠਿਆਂ ਦਾ ਹੀ ਆ, ਉਹ ਜੋੜੇ 'ਚ 41-41 ਐਵੇਂ ਮੁੜ ਕੇ ਅਗਲਾ ਫੋਨ ਲਾਇਆ ਕਹਿੰਦਾ ਬਾਈ ਤੂੰ ਯਾਰ 41-41 ਦੀ ਕਹੀ ਸੀਗੀ, ਇਕੱਲੀ ਦਾ 41-41 ਕੋਈ ਨਹੀਂ ਆ, ਠੀਕ ਹੈ, ਇਕੱਲੀ ਦਾ ਉਹਦਾ 47 ਇਹਦਾ 42 ਆ। ਆਪਾਂ ਪਿਛਲੀ ਵੀਡੀਓ 'ਚ ਕਿਹਾ ਸੀ ਬਾਹਲੇ ਬੰਦੇ ਨੇ ਫੋਨ ਲੈ ਕੇ, ਠੀਕ ਹੈ, ਅਤੇ ਉਹ ਚੀਜ਼ ਆਈ ਬਾਈ ਮੇਰੇ ਪਹਿਲਾਂ ਮਾੜਾ ਜਿਹਾ ਵੀਡੀਓ ਧਿਆਨ ਨਾਲ ਦੇਖ ਲੈਣ, ਹੈ ਨਾ? ਸਹੀ ਆ। ਹਾਂ ਅਤੇ ਜੇ ਆਪਾਂ ਜੋੜੇ 'ਚ 82 ਹਜ਼ਾਰ ਹੀ ਦੇ ਦਾਂਗੇ ਭਾਈ ਦੇ, ਜੋੜਾ ਬਾਈ ਕਹਿੰਦਾ 82 ਹਜ਼ਾਰ ਦਾ ਦੇ ਦਿਆਂਗੇ ਭਾਈ ਦੇ ਨਹੀਂ। ਬਾਕੀ ਫੋਨ ਨੰਬਰ ਸਕਰੀਨ 'ਤੇ ਚੱਲੀ ਜਾਂਦਾ, 1 ਨੰਬਰ ਦਾ ਮੁੱਲ 47 ਹਜ਼ਾਰ, 2 ਨੰਬਰ ਦਾ ਮੁੱਲ 45 ਹਜ਼ਾਰ, ਜੋੜੀ ਬਾਈ ਕਹਿੰਦਾ 40-41 ਹਜ਼ਾਰ ਦੀ ਦੇ ਦੂੰਗਾ। ਇਹ ਦੋ ਪਸ਼ੂ ਸੇਲ ਹੈ, ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਨਾਗ ਪਸੰਦ ਆਉਂਦਾ ਤੁਸੀਂ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਲਿਓ, ਫੋਨ ਨੰਬਰ ਸਕਰੀਨ 'ਤੇ ਆ, ਛੋਟੇ ਜਿਹੇ ਭਾਅ ਦੀਆਂ ਦੋ ਵਹਿੜਾਂ। ਐਡਰੈਸ ਤੁਹਾਨੂੰ ਦੂਰੀ ਵਾਰੀ ਦੱਸ ਦੇਣਾ, ਪਿੰਡ ਕਾਲੇ ਕੇ, ਜ਼ਿਲ੍ਹਾ ਮੋਗਾ, ਤਹਿਸੀਲ ਬਾਘਾ ਪੁਰਾਣਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।